ਸਤਿ ਸ਼੍ਰੀ ਅਕਾਲ ਆਦਾਬ ਨਮਸਤੇ ਕਿਵੇਂ ਹੋ ਵੈਲਕਮ ਟੂ ਪੰਜਾਬੀ ਵਿਲੇਜ ਫੂਡ ਫੈਕਟਰੀ ਜਿਸ ਵਿੱਚ ਅੱਜ ਮੈਂ ਤੁਹਾਨੂੰ ਸਿਖਾ ਰਹੀ ਹਾਂ ਤਿਰੰਗਾ ਪਰਾਂਠਾ ਬਣਾਉਣਾ ਤਿਰੰਗਾ ਪਰਾਂਠਾ ਆਪਾਂ ਕਿਸ ਤਰ੍ਹਾਂ ਬਣਾਉਂਗੇ ਆਓ ਵੇਖੀਏ ਇੱਕ ਮੈਂ ਮੂਲੀ ਕੱਦੂਕਸ ਕੀਤੀ ਹੋਈ ਹੈ ਦੋ ਗਾਜਰਾਂ ਨੇ ਅਤੇ ਧਨੀਆ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਵਾਧਿਆ ਘੱਟ ਕਰ ਲੈਣਾ ਠੀਕ ਹੈ ਸਾਰੇ ਤੋਂ ਪਹਿਲਾਂ ਮੈਂ ਧਨੀਆ ਲਵਾਂਗੀ ਠੀਕ ਹੈ ਉਸ ਤੋਂ ਬਾਅਦ ਮੈਂ ਗਾਜਰ ਅਤੇ ਮੂਲੀ ਨੂੰ ਦੋਵਾਂ ਨੂੰ ਨਿਚੋੜ ਲਵਾਂਗੀ ਇੱਕ ਤਾਂ ਮੂਲੀ ਦਾ ਪਰਾਂਠਾ ਆਪਾਂ ਸਿੰਪਲ ਦਿੰਦੇ ਨਾ ਅਤੇ ਜੋ ਗਾਜਰ ਵਿੱਚ ਮਿਕਸ ਹੋ ਜਾਂਦੀ ਨਾ ਬਹੁਤ ਜ਼ਿਆਦਾ ਟੇਸਟੀ ਬਣ ਜਾਂਦਾ ਮੈਨੂੰ ਜਿਹੜਾ ਨਾ ਮੂਲੀ ਦਾ ਪਰੌਂਠਾ ਇੰਨਾ ਪਸੰਦ ਨਹੀਂ ਹੈਗਾ ਪਰ ਜੋ ਮੈਂ ਐਵੇਂ ਮਿਕਸ ਕਰਕੇ ਬਣਾਉਂਦੀ ਨਾ ਤਾਂ ਉਸ ਟਾਈਮ ਮੈਨੂੰ ਬਹੁਤ ਸਵਾਦ ਲੱਗਦਾ ਇੱਕ ਨਾਲ ਜਿਹੜਾ ਗੁੰਨ ਕੇ ਬਣਾਈ ਦਾ ਨਾ ਉਵੇਂ ਬਹੁਤ ਟੇਸਟੀ ਲੱਗਦੀ ਮੂਲੀ ਪਰਾਂਠੇ ਤਾਂ ਮੇਰੇ ਕੋਲ ਇੰਨੀ ਤਰ੍ਹਾਂ ਦੇ ਨਾ ਬਹੁਤ ਤਰ੍ਹਾਂ ਦੇ ਪਰਾਂਠੇ ਬਣਾਉਂਦੀ ਰਹਿੰਦੀ ਹਾਂ ਕਿਸੇ ਨੂੰ ਇੱਕ ਤਰ੍ਹਾਂ ਦਾ ਪਰਾਂਠਾ ਨਹੀਂ ਪਸੰਦ ਹੈ ਦੂਸਰੀ ਤਰ੍ਹਾਂ ਦਾ ਜ਼ਰੂਰ ਖਾ ਲੈਂਦਾ ਹੈ ਦੇਖੋ ਇਹਨਾਂ ਤਿੰਨਾਂ ਨੂੰ ਮਿਕਸ ਕਰ ਲਾਂਗੇ ਕਿੰਨਾ ਵਧੀਆ ਲੱਗਦਾ ਪਿਆ ਨਾ ਹੁਣ ਇਹਦੇ ਵਿੱਚ ਜਿਹੜੇ ਮਸਾਲੇ ਥੋੜ੍ਹੀ ਜਿਹੀ ਕਾਲੀ ਮਿਰਚ ਪਾਵਾਂਗੀ ਮੈਂ ਹਾਂਜੀ ਸਰਦਾਰ ਜੀ ਅੱਛਾ ਥੋੜ੍ਹੀ ਜਿਹੀ ਹਿੰਗ ਪਾ ਦਾਂਗੀ ਕਿਉਂਕਿ ਇਹਦੇ ਨਾਲ ਜਿਹੜਾ ਵਧੀਆ ਹੋ ਜਾਂਦਾ ਹੈ ਜਿਵੇਂ ਪਚਣ ਵਿੱਚ ਸੌਖੇ ਹੋ ਜਾਂਦੇ ਨੇ ਥੋੜ੍ਹੀ ਜਿਹੀ ਅਜਵਾਇਣ ਪਾ ਦਾਂਗੀ ਥੋੜ੍ਹੀ ਜਿਹੀ ਲਾਲ ਮਿਰਚ ਪਾ ਦਾਂਗੀ ਮੈਂ ਅਤੇ ਨਮਕ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਵਧੀਆ ਘੱਟ ਕਰ ਲੈਣਾ ਠੀਕ ਹੈ ਅਤੇ ਥੋੜ੍ਹਾ ਜਿਹਾ ਮੈਂ ਗਰਮ ਮਸਾਲਾ ਪਾਵਾਂਗੀ ਗਰਮ ਮਸਾਲਾ ਪਾਉਣ ਨਾਲ ਜਿਹੜਾ ਫਲੇਵਰ ਬਹੁਤ ਜ਼ਿਆਦਾ ਇਨਕਰੀਜ਼ ਹੋ ਜਾਂਦਾ ਹੈ ਹੁਣ ਇਹਨੂੰ ਸਾਰਿਆਂ ਨੂੰ ਆਪਾਂ ਮਿਕਸ ਕਰ ਲਾਂਗੇ ਜਿਵੇਂ ਬੱਚੇ ਨਹੀਂ ਰੋਟੀ ਖਾਣਾ ਪਸੰਦ ਕਰਦੇ ਨਾ ਉਹਨਾਂ ਨੂੰ ਮਤਲਬ ਕਿ ਅਲੱਗ ਅਲੱਗ ਸਟਾਈਲ ਨਾਲ ਬਣਾ ਕੇ ਦਿਓ ਅਤੇ ਅਲੱਗ ਅਲੱਗ ਫਲੇਵਰ ਵਿੱਚ ਪਾ ਕੇ ਦਿਓ ਅਤੇ ਬਹੁਤ ਜ਼ਿਆਦਾ ਬੱਚਿਆਂ ਨੂੰ ਐਵੇਂ ਹੁੰਦਾ ਡਿਫਰੈਂਟ ਚੀਜ਼ਾਂ ਪਸੰਦ ਆਉਂਦੀਆਂ ਇੱਕ ਹੀ ਤਰ੍ਹਾਂ ਦੀ ਰੋਟੀ ਖਾ ਕੇ ਉਹ ਅੱਕ ਜਾਂਦੇ ਨੇ ਹੁਣ ਇਹ ਮਸਾਲਾ ਹੋ ਗਿਆ ਸਾਰਾ ਤਿਆਰ ਕਣਕ ਦਾ ਆਟਾ ਪਹਿਲੇ ਮੈਂ ਗੁੰਨਿਆ ਹੋਇਆ ਸੀ ਦੋ ਰੋਟੀਆਂ ਜੋੜ ਕੇ ਬਣਾਵਾਂਗੀ ਮੈਂ ਬਿਨਾਂ ਜੋੜੇ ਵੀ ਬਣਾ ਸਕਦੇ ਆ ਬਿਨਾਂ ਜੋੜੇ ਵੀ ਬਣਾ ਸਕਦੇ ਪਰ ਲੇਕਿਨ ਮੈਂ ਜੋੜ ਕੇ ਬਣਾਉਂਦੀ ਹਾਂ ਇੱਕ ਮੈਨੂੰ ਬਹੁਤ ਪਸੰਦ ਆਉਂਦੇ ਆ ਮੈਂ ਹੁਣ ਆਪਾਂ ਇਹਦੇ ਵਿੱਚ ਫਿਲਿੰਗ ਭਰ ਦਾਂਗੇ ਚੰਗੀ ਤਰ੍ਹਾਂ ਵਧੀਆ ਜੀ ਫਿਲਿੰਗ ਕਰਕੇ ਹੁਣ ਇਹਨੂੰ ਰੋਟੀ ਨੂੰ ਆਪਾਂ ਕਰ ਦਾਂਗੇ ਸਾਡਾ ਤੋਂ ਬਾਅਦ ਨੇ ਤਾਂ ਕਿ ਜਿਹੜੇ ਮੂਲੀਆਂ ਨਿਕਲਣਾ ਮੂਲੀ ਅਤੇ ਗਾਜਰ ਥੋੜ੍ਹਾ ਜਿਹਾ ਮੈਂ ਆਟਾ ਸੁੱਕਾ ਨੀਚੇ ਲਾ ਲਿਆ ਤਾਂ ਕਿ ਰੋਟੀ ਜਿਹੜੀ ਹੈ ਚਕਲੇ ਦੇ ਨਾਲ ਨਾ ਚਿਪਕੇ ਹੁਣ ਆਪਾਂ ਪੋਲੇ ਹੱਥਾਂ ਨਾਲ ਵੇਲ ਲਾਂਗੇ ਆਹ ਲੋ ਉਹ
एक छोटी जी रोटी वेल लांगे हेलो एक तो भैया अच्छा एक तो वो भैया आएंगे अच्छा दूसरे भी आएंगे ठीक है चालू भैया हाँ अच्छा पेड़ा पा दूजा ले लेना ਹੁਣ ਇਹਦੇ ਵਿੱਚ ਆਪਾਂ ਫਿਲਿੰਗ ਕਰ ਦਾਂਗੇ ਇਹਨੂੰ ਵਧੀਆ ਤਰ੍ਹਾਂ ਜਿਹੜਾ ਫੈਲਾ ਲਾਂਗੇ ਐਵੇਂ ਨਾ ਹੋਵੇ ਕਿ ਇੱਕ ਥਾਂ ਹੀ ਰਹਿ ਜਾਏ ਸਾਰਾ ਹੁਣ ਇਹਨੂੰ ਜੋੜ ਦਾਂਗੇ ਬਰਾਬਰ ਦੀਆਂ ਰੋਟੀਆਂ ਲਾਣੀਆਂ ਨੇ ਇੱਕ ਪਰਾਠਾ ਮੈਂ ਪਹਿਲੇ ਬਣਾ ਚੁੱਕੀ ਹਾਂ ਥੋੜ੍ਹਾ ਜਿਹਾ ਵਿਚੜਾ ਚੱਕ ਲਿਆ ਕਰੋ ਕਈ ਵਾਰੀ ਹੁੰਦਾ ਕਿ ਨੀਚੇ ਨਾ ਪਰਾਂਠਾ ਚਿਪਕ ਜਾਂਦਾ ਫਿਰ ਠੀਕ ਹੈ ਹੁਣ ਆਪਣਾ ਪਰਾਂਠਾ ਬਣ ਕੇ ਤਿਆਰ ਹੈ ਚੁੱਲ੍ਹੇ 'ਤੇ ਮੇਨ ਹੁੰਦਾ ਸੇਕ ਨੂੰ ਕੰਟਰੋਲ ਕਰਨਾ ਜੇ ਸੇਕ ਤੁਹਾਡਾ ਸਹੀ ਹੈ ਨਾ ਤਾਂ ਪਰੌਂਠਾ ਵੀ ਤੁਹਾਡਾ ਬਹੁਤ ਸੋਹਣਾ ਬਣੇਗਾ ਜੇ ਤੁਹਾਡਾ ਸੇਕ ਜ਼ਿਆਦਾ ਹੈ ਨਾ ਜਾਂ ਘੱਟ ਤਾਂ ਫਿਰ ਉਹ ਕੱਚਾ ਪੱਕਾ ਜਿਹਾ ਰਹਿ ਜਾਏਗਾ ਜੇ ਜ਼ਿਆਦਾ ਹੋਏਗਾ ਤਾਂ ਸੜ ਜਾਏਗਾ ਜੇ ਘੱਟ ਹੋਏਗਾ ਤਾਂ ਕੱਚਾ ਪੱਕਾ ਰਹਿ ਜਾਏਗਾ ਹੁਣ ਮੈਂ ਪਰਾਂਠੇ 'ਤੇ ਘਿਓ ਲਾ ਦਾਂਗੀ ਪਰਾਂਠੇ ਮੈਂ ਹਮੇਸ਼ਾ ਦੇਸੀ ਘਿਓ ਦੇ ਲੈਂਦੀ ਹਾਂ ਅਸੀਂ ਸਰਦੀਆਂ ਸਟਾਰਟ ਹੁੰਦੇ ਸਾਰੇ ਘਿਓ ਮੰਗਾ ਲੈਂਦੇ 5 ਕਿਲੋ ਘਿਓ ਸਾਡਾ 2 ਮਹੀਨੇ ਚੱਲਦਾ ਬਸ ਕਿਉਂਕਿ ਮੈਂ ਕਾਫੀ ਸਾਰੀ ਡਿਸ਼ਿਜ਼ ਬਣਾਉਂਦੀ ਹਾਂ ਉਹਦੇ 'ਚ ਪਰਾਂਠੇ ਬਣਾਉਂਦੀ ਹਾਂ ਅਤੇ ਨਾਲੇ ਸਾਗ ਬਣਾਈਏ ਅਤੇ ਸਾਗ ਵਿੱਚ ਤੁਹਾਨੂੰ ਪਤਾ ਹੀ ਹੈ ਪਰੌਂਠੇ ਦੇ ਨਾਲ ਸਾਗ ਪਰੌਂਠੇ ਦੇ ਨਾਲ ਹੀ ਅੱਛਾ ਲੱਗਦਾ ਹੈ ਅਤੇ ਨਾਲੇ ਦੇਸੀ ਘਿਓ ਵਿੱਚ ਪਾਇਆ ਜਾਂਦਾ ਤੜਕੇ ਵਿੱਚ ਪਾਇਆ ਜਾਂਦਾ ਹੈ ਅਤੇ ਇਸ ਕਰਕੇ ਸਾਡਾ ਜਿਹੜਾ ਦੇਸੀ ਘਿਓ ਬਹੁਤ ਜ਼ਿਆਦਾ ਲੱਗਦਾ ਹੈ ਸਰਦੀਆਂ ਵਿੱਚ ਜਿਹੜਾ ਪਰਾਂਠਾ ਨਾ ਬੜਾ ਕੁਰਕੁਰਾ ਅਤੇ ਬਹੁਤ ਜ਼ਿਆਦਾ ਟੇਸਟੀ ਬਣਦਾ ਹੈ ਬੱਚਿਆਂ ਨੂੰ ਬਹੁਤ ਸਵਾਦ ਲੱਗਣਗੇ ਆ ਪਰਾਂਠੇ ਤੁਸੀਂ ਟਰਾਈ ਜ਼ਰੂਰ ਕਰਨਾ ਕਰੇ ਨਵੇਂ ਟੀਚਰ ਵੀ ਵਾਰ ਵਾਰ ਜਿਵੇਂ ਕਿ ਕਹਿੰਦੇ ਨੇ ਕਿ ਅੱਜ ਲੰਚ ਕੁਛ ਹੋਰ ਹੋਣਾ ਚਾਹੀਦਾ ਕੱਲ੍ਹ ਲੰਚ ਕੁਛ ਹੋਰ ਹੋਣਾ ਚਾਹੀਦਾ ਅਤੇ ਫਿਰ ਟੀਚਰ ਵੀ ਤੁਹਾਨੂੰ ਐਪਰੀਸ਼ੀਏਟ ਕਰਨਗੇ ਕਿ ਹਾਂ ਤੁਹਾਡੇ ਬੱਚੇ ਨੇ ਜਿਹੜਾ ਲੰਚ ਫਿਨਿਸ਼ ਕੀਤਾ ਸੇਕ ਐਸਟਮ ਬਿਲਕੁਲ ਸਹੀ ਹੈ ਜਿੰਨਾ ਕੁ ਮੈਨੂੰ ਸੇਕ ਚਾਹੀਦਾ ਉਸ ਹਿਸਾਬ ਦਾ ਹੈਗਾ ਅਤੇ ਮੈਂ ਤੁਹਾਨੂੰ ਵਿੱਚੋਂ ਖੋਲ੍ਹ ਕੇ ਵੀ ਵਿਖਾਵਾਂਗੀ ਬਣਨ ਤੋਂ ਬਾਅਦ ਇਹ ਕਿਸ ਤਰ੍ਹਾਂ ਦਾ ਲੱਗਦਾ ਪਰਾਂਠਾ ਹੁਣ ਦੇਖੋ ਪਰਾਂਠਾ ਸੇਕ ਚੁੱਕਿਆ ਆਪਣਾ ਅਤੇ ਮੈਂ ਇਹਦੇ ਉੱਤੇ ਕੱਢ ਰਹੀ ਹਾਂ ਦੂਜਾ ਪਰਾਂਠਾ ਪੱਕ ਚੁੱਕਿਆ ਹੁਣ ਪਰਾਂਠਾ ਮੇਰਾ ਇੱਕ ਪਾਸੋਂ ਸਿੱਖ ਚੁੱਕਿਆ ਵੇਖ ਸਕਦੇ ਹੋ ਕਿੰਨਾ ਸੋਹਣਾ ਕਲਰ ਆਉਂਦਾ ਗ੍ਰੀਨ ਕਲਰ ਵੀ ਵੇਖਦਾ ਪਿਆ ਅਤੇ ਰੈੱਡ ਵੀ ਅਤੇ ਵਾਈਟ ਤਾਂ ਵਿਖਦਾ ਹੀ ਨਹੀਂ ਹੈਗਾ ਵਾਈਟ ਪਰਾਂਠਾ ਹੈਗਾ ਵਾਈਟ ਪਰਾਂਠਾ ਹੈਗਾ ਹੁਣ ਦੇਸੀ ਘਿਓ ਪਾਤਾ ਤੇਰੀ ਸਵੈਟਰ ਅੱਜ ਬਹੁਤ ਵਧੀਆ ਲੱਗਦੀ ਪਈ ਆ ਮੈਚਿੰਗ ਆ ਦੇਖੋ ਭੁੱਖ ਲੱਗੀ ਹੋਈ ਨਾ ਕਹਿੰਦੇ ਪਰੌਂਠਾ ਜਿਹੜਾ ਹੈ ਪਰੌਂਠਾ ਹੋਏ ਜਾਂ ਰੋਟੀ ਫੁੱਲ ਜਾਂਦੀ ਹੈ ਇਸ ਟਾਈਮ ਪਤਾ ਲੱਗ ਰਿਹਾ ਕਿ ਜਿਹੜੇ ਸਾਡੇ ਘਰ ਦੇ ਨੇ ਉਹਨਾਂ ਨੂੰ ਭੁੱਖ ਲੱਗੀ ਹੋਈ ਹੈ ਮੌਸਮ ਬਹੁਤ ਐਵੇਂ ਦਾ ਹੈ ਸਵੇਰ ਦੀ ਧੁੰਦ ਪਈ ਹੋਈ ਹੈ ਹੁਣ
ਹੁਣ ਆਪਣਾ ਦੂਸਰਾ ਪਰਾਂਠਾ ਬਣ ਕੇ ਤਿਆਰ ਹੈ ਅਤੇ ਐਵੇਂ ਬਾਕੀ ਦੇ ਪਰਾਂਠੇ ਬਣਾ ਲਵਾਂਗੀ ਹੁਣ ਮੈਂ ਤੁਹਾਨੂੰ ਇਹਦੇ ਵਿੱਚ ਖੋਲ੍ਹ ਕੇ ਦਿਖਾਉਂਦੀ ਹਾਂ ਕਿਵੇਂ ਦਾ ਲੱਗਦਾ ਵੇਖੋ ਕਿੰਨਾ ਵਧੀਆ ਲੱਗ ਰਿਹਾ ਨਾ ਹੁਣ ਦੇਸੀ ਘਿਓ ਉੱਤੇ ਰੱਖ ਦੇਵਾਂ ਮੈਂ ਪਹਿਲਾਂ ਲੈ ਜਾ ਉਹਨੇ ਆਣਾ ਹੀ ਆ ਜਾਓ ਆ ਜਾ ਚੱਲ ਆ ਦੇਖੋ ਅਸੇ ਸਿਰ ਦਾ ਧੁੰਦ ਪੈ ਰਹੀ ਹੈ ਰਾਤ ਦੀ ਅਸੇ ਸਿਰ ਦਾ ਟਾਈਮ ਆ ਠੰਡ ਦਿਲ ਕੰਬ ਰਿਹਾ ਸੀ ਅਤੇ ਮੈਂ ਹਾਂ ਏਕਮ ਨੂੰ ਅਤੇ ਮੈਨੂੰ ਅੱਜ ਪਰੌਂਠੇ ਬਣਾ ਕੇ ਖਵਾਓ ਅਤੇ ਮੈਂ ਤਾਂ ਏਕਮ ਮੂਲੀ ਧਨੀਆ ਗਾਜਰ ਹੈਂ ਔਰ ਗਰਮ ਗਰਮ ਰੋਟੀ ਘਿਓ ਪਾ ਕੇ ਅਸੀਂ ਖਾ ਰਹੇ ਹਾਂ ਏਕਮ ਤੂੰ ਖਾਏਗਾ ਆਖਰੋ ਨਹੀਂ ਤੈਨੂੰ ਦੇਵਾਂ ਲਓ ਇਹ ਕੰਮ ਕਹਿੰਦਾ ਮੈਨੂੰ ਦੋ ਮਜ਼ਾ ਆ ਗਿਆ ਜਿਹੜਾ ਉਹਨੂੰ ਪਸੰਦ ਆਉਂਦੀ ਜੋ ਵੀ ਕੋਈ ਪਰੌਂਠਾ ਪਾਉਂਦਾ ਮੇਰੇ ਨਾਲ ਏਕਮ ਜ਼ਰੂਰ ਖਾਂਦਾ ਘਿਓ ਖਾਏਗਾ ਏਕਮ ਮੇਰਾ ਭਈਆ ਦੇਖ ਏਕਮ ਲੈ ਦੇਖ ਤੂੰ ਵੀ ਖਾ ਹਾਂ ਦੇਖੋ ਧਨੀਆ ਖੁਸ਼ਬੂਦਾਰ ਏਕਮ ਧਨੀਆ ਖੁਸ਼ਬੂਦਾਰ ਉਹਦੇ ਦਾਦੂ ਕਿਸ ਤਰ੍ਹਾਂ ਤੇਰਾ ਦਾਦਾ ਕਿਸ ਤਰ੍ਹਾਂ ਖਾਂਦਾ ਦੇਖ ਇਹ ਦੇਖ ਤੂੰ ਵੀ ਖਾ ਅੱਛਾ ਸਤਿ ਸ਼੍ਰੀ ਅਕਾਲ ਕਰੋ ਸਭ ਨੂੰ ਸਤਿ ਸ਼੍ਰੀ ਅਕਾਲ ਕਰੋ ਆ ਖਾ ਸਤਿ ਸ਼੍ਰੀ ਅਕਾਲ ਕਰੋ ਸਭ ਨੂੰ ਕਹੋ ਸਤਿ ਸ਼੍ਰੀ ਅਕਾਲ ਕਰੋ ਆਹ ਮੈਨੂੰ ਆਹ ਮੈਨੂੰ ਫੜਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੇਗਾ ਵੇਖੀ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਆਹ ਉਹਨੂੰ ਰੋਟੀ ਤੈਨੂੰ ਖਾ ਲੈਣ ਦੇ ਪਰੌਂਠਾ ਚਲੋ ਸਤਿ ਸ਼੍ਰੀ ਅਕਾਲ ਕਰੋ ਬਾਬਾ ਜੀ ਨੂੰ ਸਤਿ ਬਾਬਾ ਗੁਰੂ ਗੋਬਿੰਦ ਸਿੰਘ ਕਰੋ ਸਤਿ ਸ਼੍ਰੀ ਅਕਾਲ ਤੂੰ ਵੀ ਕਰ ਸਤਿ ਸ਼੍ਰੀ ਅਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਕਰੋ ਸਭ ਨੂੰ ਕਰੋ ਹੈ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੈ ਲਾਈਕ ਕਰੋ ਸ਼ੇਅਰ ਕਰੋ ਨਾਲੇ ਕਮੈਂਟ ਕਰੋ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਣਾ ਕਿ ਜੋ ਤੁਸੀਂ ਤਿਰੰਗਾ ਪਰਾਂਠਾ ਘਰੇ ਬਣਾਇਆ ਤਾਂ ਬੱਚਿਆਂ ਨੂੰ ਕਿੰਨਾ ਕੁ ਪਸੰਦ ਆਇਆ ਜਿਹੜੇ ਮੇਰੇ ਵਿਊਵਰ ਹਾਲੇ ਤੱਕ ਮੈਨੂੰ ਵਿਊ ਹੀ ਦੇ ਰਹੇ ਨੇ ਮੈਂ ਉਹਨਾਂ ਨੂੰ ਦੁਬਾਰਾ ਰਿਕੁਐਸਟ ਕਰਾਂਗੀ ਕਿ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਨਾਲੇ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਅਤੇ ਤੁਸੀਂ ਮੈਨੂੰ ਫੇਸਬੁੱਕ 'ਤੇ ਵੀ ਫੋਲੋ ਕਰ ਸਕਦੇ ਹੋ ਔਰ ਉਹ 'ਤੇ ਮੇਰਾ ਕੰਟੈਕਟ ਨੰਬਰ ਵੀ ਫੋਨ ਵੀ ਕਰ ਸਕਦੇ ਹੋ ਅਤੇ ਇੰਸਟਾਗ੍ਰਾਮ 'ਤੇ ਵੀ ਮੈਨੂੰ ਫੋਲੋ ਕਰ ਸਕਦੇ ਹੋ ਥੈਂਕ ਯੂ